ना एक आते खिंची है तेरे। मैम ने बोलिया सीगा कि सारे ने फोटो भेजनी है अब दी मम्मी ना, मैं भूल गई सीगी, फिर मैं आज भेज दिनी है सोचे। मदर्स डे आज मेरी तो जमी भी याद नहीं सी, मैं तो मम्मी नाल फोटो पाउनी सी, मेरा फोन कित्थे है भला। लो जी मैं तो पाती, सारे ने फोटो पाई हुई ने अज तक। ਬਿੰਦੋ ਤੂੰ ਇੱਥੇ ਬੈਠੀ ਆ, ਮੈਂ ਉਧਰ ਬੈਠਾ, ਰੋਟੀ ਰੋਟੀ ਦੇ ਦੇ ਮੈਨੂੰ, ਇਹਦੇ ਵਿੱਚ ਵੜ ਜਾ। ਉਹ ਕੀ ਦੇਖੀ ਜਾਂਦੀ ਆ, ਮੂੰਹ ਤੇ ਲੱਗਿਆ ਹੋਇਆ ਕੁਛ ਹੈ? ਮੂੰਹ ਤੇ ਤਾਂ ਕੁਛ ਨਹੀਂ ਲਿਖਿਆ ਹੋਇਆ, ਪਰ ਫੇਸਬੁੱਕ ਨੇ ਜ਼ਰੂਰ ਲਿਖਿਆ ਹੋਇਆ। ਫੇਸਬੁੱਕ ਤੇ ਕੀ ਲਿਖਿਆ ਹੋਇਆ? ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਅੱਜ ਮਦਰ ਡੇ ਆ ਕਿ ਮਦਰਸ ਡੇ ਆ? ਉਹ ਯਾਰ ਕੀ ਮਤਲਬ ਆ ਤੇਰਾ, ਦੱਸੋ ਤਾਂ ਸਹੀ। ਤੇ ਕੀ ਬੁਝਾਰਤਾਂ ਜੀ ਪਈ ਜਾਂਦੀਆਂ, ਪਹਿਲੇ ਮੇਰਾ ਦਿਮਾਗ ਖਰਾਬ ਆ, ਤੂੰ ਹੋਰ ਕਰ ਦੇ, ਕੀ ਗੱਲ ਆ? ਨਾ ਦਿਮਾਗ ਥੋੜਾ ਖਰਾਬ ਹੁੰਦਾ ਕਦੋਂ ਨਹੀਂ। ਅੱਛਾ ਜਾਨੀ ਤੂੰ ਲੜਨ ਦੇ ਮੂਡ 'ਚ ਬੈਠੀ ਆ, ਹੁਣ ਤਾਂ ਭਾਵੇਂ ਮੈਂ ਲੇਟ ਹੋ ਜਾ ਗੱਲ ਕਰਕੇ ਜਾਊਂਗਾ, ਦੱਸ ਕੀ ਗੱਲ ਆ? ਦੱਸਦੀ ਆ ਤੁਹਾਨੂੰ, ਯਾਦ ਆ ਤੁਹਾਨੂੰ ਕੁਛ ਜਿਸ ਦਿਨ ਆਪਣੀ ਦੇਖ ਦਿਖਾਈ ਹੋਈ ਸੀ, ਤੁਸੀਂ ਤਾਂ ਮੈਨੂੰ ਬਹੁਤ ਗੱਲਾਂ ਕਹੀਆਂ ਸੀ, ਪਰ ਮੈਂ ਤੁਹਾਨੂੰ ਇੱਕੋ ਹੀ ਗੱਲ ਕਹੀ ਸੀ। ਕੀ ਕਿਹਾ ਸੀਗਾ ਮੈਂ, ਦੱਸ ਮੈਨੂੰ। ਤੁਹਾਨੂੰ ਮੈਂ ਇਹ ਕਿਹਾ ਸੀਗਾ ਵੀ ਮੇਰੇ ਮਾਂ ਪਿਓ ਨੂੰ ਤੁਸੀਂ ਆਪਣੇ ਮਾਂ ਪਿਓ ਸਮਝੋ, ਜੇ ਤੁਸੀਂ ਸਮਝੋਗੇ ਨਾ ਤਾਂ ਤੁਹਾਨੂੰ ਸਾਰੀ ਉਮਰ ਮੇਰੇ ਵੱਲੋਂ ਕੋਈ ਸ਼ਿਕਾਇਤ ਨਹੀਂ ਆਊਗੀ। ਨਾ ਫਿਰ ਮੈਂ ਸਮਝਿਆ ਨਹੀਂ, ਹਮੇਸ਼ਾ ਉਹਨਾਂ ਦੀ ਇੱਜ਼ਤ ਕਰਦਾ, ਆਇਆਂ ਨੂੰ ਪੁੱਛਦਾ, ਜਿੱਥੇ ਉਹਨਾਂ ਦੀ ਲੋੜ ਹੁੰਦੀ ਆ ਉੱਥੇ ਬਰਾਬਰ ਖੜਾ ਕਰਦਾ, ਕਦੋਂ ਨਹੀਂ ਪੁੱਛਿਆ ਮੈਂ? ਮਦਰਸ ਡੇ ਤੇ। ਮਦਰਸ ਡੇ? ਹਾਂਜੀ, ਅੱਜ ਹੀ ਤੁਸੀਂ ਫੇਸਬੁੱਕ ਦੇ ਉੱਤੇ ਆਪਣੀ ਮੰਮੀ ਨਾਲ ਤਾਂ ਫੋਟੋ ਪਾਤੀ, ਮੇਰੀ ਮੰਮੀ ਨੇ ਤਾਂ ਪਾਈ ਨਹੀਂ। ਆਪਣੀ ਮੰਮੀ ਨੇ ਤਾਰੀਫ ਦੇ ਵਿੱਚ ਕਿੰਨੀਆਂ ਗੱਲਾਂ ਲਿਖਤੀਆਂ, ਤੇ ਮੇਰੀ ਮੰਮੀ ਉਹਦਾ ਤਾਂ ਕਿਤੇ ਜ਼ਿਕਰ ਵੀ ਨਹੀਂ। ਜਿਹੜਾ ਤੂੰ ਮੂੰਹ ਲਟਕਾਇਆ ਹੋਇਆ ਸੀਗਾ ਮੋਬਾਈਲ ਨੂੰ ਦੇਖ ਕੇ, ਉਹ ਇੱਕ ਫੋਟੋ ਪਿੱਛੇ ਲਟਕਾਇਆ ਹੋਇਆ ਸੀਗਾ। ਇੱਕ ਫੋਟੋ ਕਰਕੇ ਤੂੰ ਮੈਨੂੰ ਰੋਟੀ ਨਹੀਂ ਦੇ ਰਹੀ, ਇੱਕ ਫੋਟੋ ਕਰਕੇ ਤੂੰ ਆਪਣੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਬਣਾਈ ਬੈਠੀ ਆ। ਬੈਠਾ ਨਾ ਮੈਂ ਤੁਹਾਨੂੰ ਹੀ ਨਹੀਂ, ਮੈਂ ਕਿੰਨੇ ਜਾਣਿਆਂ ਨੂੰ ਦੇਖਿਆ, ਨੂੰਹ ਤਾਂ ਆਪਣੀ ਮਾਂ ਤੇ ਸੱਸ ਦੋਵਾਂ ਨਾਲ ਫੋਟੋ ਪਾਉਂਦੀ ਆ, ਪਰ ਮੁੰਡਾ ਹਮੇਸ਼ਾ ਆਪਣੀ ਮਾਂ ਨਾਲ ਹੀ ਫੋਟੋ ਪਾਊਗਾ। ਇਸ ਵਾਰ ਦੀ ਗੱਲ ਹੀ ਨਹੀਂ, ਤੁਸੀਂ ਪਿਛਲੀ ਵਾਰ ਵੀ ਐਵੇਂ ਹੀ ਕੀਤਾ ਸੀ, ਜਦੋਂ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਮੰਮੀ ਦੀ ਫੋਟੋ ਨਹੀਂ ਪਾਈ, ਤੁਸੀਂ ਅੱਗੋਂ ਮੈਨੂੰ ਕੀ ਕਿਹਾ? ਮੇਰੇ ਕੋਲ ਧੂਰੀ ਵਾਲੀ ਮੰਮੀ ਦੀ ਕੋਈ ਫੋਟੋ ਨਹੀਂ ਹੈਗੀ, ਮੈਂ ਤਾਂ ਨਹੀਂ ਪਾਈ, ਉਹ ਜੇ ਖਿਚਵਾਉਂਗੇ ਉਹਨਾਂ ਨਾਲ ਤਾਂ ਹੀ ਹੋਊਗੀ। ਕਿੰਨੇ ਸਾਲ ਹੋ ਗਏ ਆਪਣੇ ਵਿਆਹ ਨੂੰ, ਤੁਹਾਡੀ ਸੱਸ ਜਾਣੀ ਮੇਰੀ ਮਾਂ ਤੁਹਾਡੇ ਦੋਵਾਂ ਦੀ ਕੋਈ ਫੋਟੋ ਨਹੀਂ, ਕਿਉਂ? ਜਦ ਤੁਸੀਂ ਆਪਣੀ ਮਾਂ ਨਾਲ ਫੋਟੋ ਖਿਚਾਉਂਦੇ ਹੁੰਦੇ ਹੋ ਤਾਂ ਆਪਣੀ ਸੱਸ ਨਾਲ ਕਿਉਂ ਨਹੀਂ ਖਿਚਾਉਂਦੇ? ਯਾਰ ਮਿੰਦੋ ਤੂੰ ਨਿੱਕੀ ਜਿਹੀ ਗੱਲ ਨੂੰ ਕਿੱਥੋਂ ਦੀ ਕਿੱਥੇ ਲੈ ਗਈ, ਤੂੰ ਪੜ੍ਹੀ ਲਿਖੀ ਆ, ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਤੂੰ ਇਹੋ ਜਿਹੀਆਂ ਗੱਲਾਂ ਕਰੀ ਜਾਂਦੀ ਆ। ਚਾਹੇ ਕੋਈ ਪੜ੍ਹਿਆ ਲਿਖਿਆ ਚਾਹੇ ਕੋਈ ਅਨਪੜ੍ਹ ਆ, ਉਹ ਮਾਂ ਦੇ ਲਈ ਤਾਂ ਦੋਹਾਂ ਦੇ ਦਿਲਾਂ ਦੇ ਵਿੱਚ ਬਰਾਬਰ ਹੀ ਪਿਆਰ ਹੁੰਦਾ, ਇਸ ਲਈ ਪੜ੍ਹੇ ਲਿਖਿਆ ਲਈ ਮੇਰੇ ਨਾਲ ਗੱਲ ਨਾ ਹੀ ਕਰੋ ਨਾ ਤਾਂ ਚੰਗੀ ਗੱਲ ਆ। ਉਹ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦੇ, ਲੈ ਹੁਣ ਪਾ ਦਿੰਦਾ, ਦੱਸ ਕਿਹੜੀ ਫੋਟੋ ਪਾਵਾਂ, ਜਿਹੜੀ ਕਹੇਂਗੀ ਉਹੀ ਪਾ ਦਿੰਦਾ। ਨਾ ਜੇ ਕਹੇ ਤੇ ਪਾਈ ਆ ਫੇਰ ਪਾਉਣ ਦਾ ਕੀ ਫਾਇਦਾ, ਜਦੋਂ ਮੰਮੀ ਦੀ ਪਾਈ ਸੀ ਮੈਨੂੰ ਤਾਂ ਪੁੱਛ ਕੇ ਪਾਈ ਸੀਗੀ ਵੀ ਕਿਹੜੀ ਪਾਵਾਂ ਮੈਂ ਕਿਹੜੀ ਨਾ ਪਾਵਾਂ, ਜਿਹੜਾ ਸੱਸ ਵਾਰੀ ਪੁੱਛਣ ਲੱਗੇ ਆ। ਹੁਣ ਕੀ ਕਰਾਂ ਦੱਸ, ਕਿਵੇਂ ਮੇਰਾ ਖੜਾ ਛੱਡੇਂਗੀ? ਤੁਹਾਨੂੰ ਨਾ ਮੈਂ ਤੁਹਾਡੀ ਗਲਤੀ ਦੇ ਉੱਤੇ ਟੋਕਦੀ ਪਈ ਆ, ਇੱਕ ਵਾਰ ਨਾ ਸੋਚ ਕੇ ਦੇਖਿਓ, ਜੇ ਮੈਂ ਮਾਵਾਂ ਦੇ ਵਿੱਚ ਫਰਕ ਰੱਖਣ ਲੱਗ ਗਈ ਨਾ ਫਿਰ ਤੁਹਾਨੂੰ ਕਿਹੋ ਜਿਹਾ ਲੱਗੂ? ਉਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀਆਂ ਤੂੰ ਬਾਰ ਬਾਰ, ਤੇਰਾ ਦਿਮਾਗ ਹੈਗਾ ਟਿਕਾਣੇ? ਉਹ ਜਿਵੇਂ ਇੱਕ ਫੋਟੋ ਨਹੀਂ ਪਾਈ ਤਾਂ ਇਹਦਾ ਮਤਲਬ ਮੈਂ ਫਰਕ ਰੱਖਦਾ, ਹਰੇਕ ਥਾਂ ਤੇ ਉਹਨਾਂ ਨੂੰ ਪੁੱਛਦਾ। ਪੁੱਛਦੇ ਹੋ ਕਿ ਮੇਰੇ ਕਹੇ ਤੇ ਤੁਹਾਨੂੰ ਪੁੱਛਣਾ ਪੈਂਦਾ, ਜਦੋਂ ਵੀ ਉਹ ਆਉਂਦੇ ਨੇ ਨਾ ਉਹਨਾਂ ਦੇ ਕੋਲ ਬੈਠ ਜਾਂਦੇ ਆ ਫੋਨ ਲੈ ਕੇ, ਤੁਸੀਂ ਕਦੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਦੇ। ਉਹ ਮੇਰੇ ਤੇ ਉਹਨਾਂ ਦੀ ਉਮਰ ਦੇ ਵਿੱਚ ਫਰਕ ਦੇਖ ਕਿੰਨਾ ਆ, ਹਾਲ ਚਾਲ ਪੁੱਛ ਲੈਣਾ, ਕੰਮ ਕਾਰ ਪੁੱਛ ਲੈਣਾ, ਹੋਰ ਮੈਂ ਕੀ ਗੱਲਾਂ ਕਰਾਂ, ਕ੍ਰਿਕਟ ਬਾਰੇ ਗੱਲਾਂ ਕਰਾਂ ਜਾਂ ਮੈਂ ਮੋਬਾਈਲ ਕਿਹੜਾ ਅਪਡੇਟ ਹੋਇਆ ਇਹ ਗੱਲਾਂ ਕਰਾਂ, ਉਹਨਾਂ ਨੂੰ ਕੀ ਪਤਾ ਇਹਨਾਂ ਚੀਜ਼ਾਂ ਬਾਰੇ। ਨਾ ਫਿਰ ਤੁਸੀਂ ਆਪਣੀ ਮੰਮੀ ਕੋਲ ਦੋ ਦੋ ਘੰਟੇ ਕਿਵੇਂ ਬੈਠੇ ਰਹਿੰਦੇ ਹੁੰਦੇ ਹੋ, ਉਹਨਾਂ ਕੋਲ ਵੀ ਇਕੱਲਾ ਬੈਠ ਕੇ ਨਾ ਹਾਲ ਚਾਲ ਹੀ ਪੁੱਛ ਲਿਆ ਕਰੋ। ਜੇ ਮੈਂ ਤੁਹਾਨੂੰ ਕਦੇ ਕਹਿ ਦੇਵਾਂ ਵੀ ਮੇਰਾ ਮਿਲਣ ਜਾਣ ਨੂੰ ਜੀ ਕਰਦਾ, ਤੁਸੀਂ ਕਦੇ ਇੱਕ ਵਾਰ 'ਚ ਮੈਨੂੰ ਹਾਂ ਨਹੀਂ ਕਰਦੇ, ਮੈਨੂੰ ਹਮੇਸ਼ਾ 3-4 ਵਾਰ ਪੁੱਛਣਾ ਪੈਂਦਾ। ਜਦ ਮੰਮੀ ਡੈਡੀ ਇੱਥੇ ਆ ਕੇ ਤੈਨੂੰ ਮਿਲ ਜਾਂਦੇ ਆ ਤਾਂ ਤੇਰਾ ਜਾਣਾ ਬਾਕੀ ਹੁੰਦਾ? ਅਸਲ 'ਚ ਤਾਂ ਤੁਹਾਨੂੰ ਤਾਂ ਨਹੀਂ ਪਤਾ, ਤੁਸੀਂ 24 ਘੰਟੇ ਨਾ ਆਪਣੀ ਮਾਂ ਦੇ ਕੋਲ ਰਹਿੰਦੇ ਹੋ, ਤੇ ਮਾਂ ਨੂੰ ਛੱਡ ਕੇ ਜਾਣ ਦਾ ਦਰਦ ਸਿਰਫ ਇੱਕ ਧੀ ਨੂੰ ਹੀ ਪਤਾ ਹੁੰਦਾ। ਓਏ ਰੌਣਕਾਂ ਤਾਂ ਲੱਗ ਗਈ ਯਾਰ, ਇੱਕ ਫੋਟੋ ਹੀ ਆ, ਉਈ ਰਾਜ ਦਾ ਪਹਾੜ ਬਣਾਈ ਜਾਂਦੀ ਆ, ਮੈਂ ਪਾ ਦਿੰਦਾ ਫੋਟੋ ਬਸ। ਗੱਲ ਸਿਰਫ ਫੋਟੋ ਦੀ ਨਹੀਂ, ਗੱਲ ਰਿਸਪੈਕਟ ਦੀ ਆ, ਜਿਹੜੀ ਮੈਂ ਤਾਂ ਤੁਹਾਡੀ ਮੰਮੀ ਨੂੰ ਦਵਾਂ, ਪਰ ਤੁਸੀਂ
ਕਹਿੰਦੇ ਮਾਂ ਤਾਂ ਸਭ ਦੀ ਸਾਂਝੀ ਹੁੰਦੀ ਆ, ਚਾਹੇ ਉਹ ਧੀ ਦੀ ਹੋਵੇ, ਚਾਹੇ ਉਹ ਪੁੱਤ ਦੀ ਹੋਵੇ, ਚਾਹੇ ਨੂੰਹ ਦੀ ਹੋਵੇ, ਚਾਹੇ ਜਵਾਈ ਦੀ ਹੋਵੇ। ਪਰ ਜਿਸ ਦਿਨ ਕੋਈ ਦਿਨ ਹੋਵੇ, ਤਿਉਹਾਰ ਹੋਵੇ, ਤਾਂ ਮੁੰਡੇ ਨੂੰ ਸਿਰਫ ਆਪਣੀ ਮਾਂ ਦਿਖਦੀ ਆ, ਘਰ ਵਾਲੀ ਦੀ ਨਹੀਂ। ਸ਼ਾਇਦ ਤੁਹਾਨੂੰ ਮੇਰੀਆਂ ਸਾਰੀਆਂ ਗੱਲਾਂ ਨਾ ਇੱਕ ਫੋਟੋ ਨਾ ਪਾਉਣ ਕਰਕੇ ਬੇਫਾਲਤੂ ਲੱਗਦੀਆਂ ਹੋਣਗੀਆਂ, ਪਰ ਮੇਰੀ ਹਰ ਇੱਕ ਗੱਲ ਦੇ ਵਿੱਚ ਡੂੰਘਾਈ ਬਹੁਤ ਜ਼ਿਆਦਾ। ਜੇ ਤੁਸੀਂ ਆਪਣੀ ਮਾਂ ਦੀ ਇੱਜ਼ਤ ਭਾਲਦੇ ਹੋ ਨਾ, ਤਾਂ ਮੇਰੀ ਮਾਂ ਦੀ ਵੀ ਇੱਜ਼ਤ ਕਰੋ। ਮੇਰੇ ਤੋਂ ਤੁਸੀਂ ਭਾਲਦੇ ਹੋ, ਉਹਨਾਂ ਨੂੰ ਮੈਂ ਹਰ ਦਿਨ ਤਿਉਹਾਰ ਦੇ ਉੱਤੇ ਪੁੱਛਾਂ, ਪਰ ਪਹਿਲਾਂ ਤੁਸੀਂ ਆਪ ਵੀ ਤਾਂ ਉਹਨਾਂ ਨੂੰ ਪੁੱਛੋ। ਗੱਲ ਤਾਂ ਬਿਲਕੁਲ ਸਹੀ ਕਹੀ ਹੈ, ਹੁਣ ਇਹਦੇ 'ਚ ਵੀ ਕਹਿ ਦਿਓ ਵੀ ਨੂੰਹ ਦੇ ਪੱਖ ਦੀ ਗੱਲ ਕੀਤੀ ਆ। ਉਹ ਯਾਰ ਇਹ ਗੱਲ ਸੱਚ ਹੈ, ਐਂ ਕਰਦੇ ਨੇ। ਨਹੀਂ ਯਕੀਨ ਹੈਗਾ ਨਾ ਤਾਂ ਅੱਜ ਤੁਸੀਂ ਫੇਸਬੁੱਕ ਖੋਲ੍ਹ ਲਿਓ, ਸਾਰੀ ਦੇਖ ਲਿਓ, ਸਾਰਿਆਂ ਨੇ ਆਪਣੀ ਆਪਣੀ ਮਾਂ ਦੇ ਨਾਲ ਪਾਈ ਹੋਣੀ ਆ, ਕਿਸੇ ਨੇ ਵੀ ਆਪਣੀ ਸੱਸ ਮਾਂ ਦੇ ਨਾਲ ਫੋਟੋ ਹੀ ਨਹੀਂ ਪਾਈ ਹੋਣੀ। ਮੈਂ ਵੀ ਨਹੀਂ ਪਾਈ, ਪਰ ਮੈਂ ਪਾਊਂਗਾ। ਇਹ ਵੀਡੀਓ ਐਕਚੁਅਲ ਦੇ ਵਿੱਚ ਸਾਨੂੰ ਕਿਸੇ ਨੇ ਭੇਜੀ ਨਹੀਂ, ਇਹ ਐਕਚੁਅਲ ਦੇ ਵਿੱਚ ਸਾਡੀ ਹੀ ਕਹਾਣੀ ਹੈ। ਹੋਇਆ ਕੀ ਆ, ਪਿਛਲੀ ਵਾਰ ਦੀ ਗੱਲ ਵੀ ਇਹੀ ਆ, ਐਤਕੀ ਦੀ ਵੀ ਗੱਲ ਇਹੀ ਆ, ਇਹਨੇ ਫੋਟੋ ਪਾ ਤੀ ਅਤੇ ਮੈਂ ਬਾਅਦ 'ਚ ਪਾਈ, ਅਤੇ ਬਾਅਦ 'ਚ ਇਹਨੇ ਮੈਨੂੰ ਇਹ ਗੱਲ ਕਹੀ ਵੀ ਤੁਸੀਂ ਆਪਣੀ ਮੰਮੀ ਦੀ ਪਾਤੀ, ਮੇਰੀ ਮੰਮੀ ਦੀ ਨਹੀਂ ਪਾਈ। ਮੈਂ ਕਿਹਾ ਮਤਲਬ ਇਹ 'ਚ ਕੀ ਗੁੱਸੇ ਵਾਲੀ ਕਿਹੜੀ ਗੱਲ ਆ। ਇਹ ਕਹਿੰਦੀ ਬਈ ਮੇਰੀ ਮਾਂ ਵੀ ਤਾਂ ਤੁਹਾਡੀ ਮਾਂ ਹੀ ਆ, ਗੱਲ ਇਹ ਨਹੀਂ ਹੁੰਦੀ ਹੈਗੀ ਵੀ ਮਦਰਸ ਡੇ 'ਤੇ ਪਾਈ ਆ ਜਾਂ ਊਂ ਪਾਈ ਆ। ਤੁਸੀਂ ਜਿੰਨੇ ਵੀ ਜਾਣੇ ਵੀਰ ਮੇਰੀ ਦੇਖਦੇ ਪਏ ਹੋ ਨਾ ਗੱਲ, ਈਵਨ ਵਿੱਚੇ ਮੈਂ ਆਪਣੀ ਗੱਲ ਵੀ ਕਰਦਾ, ਤੁਹਾਡੀ ਸਾਰਿਆਂ ਦੀ ਗੱਲ ਨਹੀਂ, ਮੈਂ ਆਪਣੀ ਗੱਲ ਵੀ ਕਰਦਾ। ਆਪਣਾ ਫੋਨ ਕੱਢੋ, ਜਿਹਦੇ ਜਿਹਦੇ ਮੋਬਾਈਲ ਦੇ ਵਿੱਚ ਆਪਣੀ ਸੱਸ ਦੀ ਫੋਟੋ ਆ ਨਾ, ਉਹ ਕਮੈਂਟ ਦੇ ਵਿੱਚ ਜ਼ਰੂਰ ਭੇਜਿਓ, ਦੇਖਾਂ ਕਿਹਦੇ ਕਿਹਦੇ ਕੋਲ ਆ। ਮੇਰੇ ਕੋਲ ਹੈ ਨਹੀਂ ਗੀ, ਮੈਂ ਬਹੁਤ ਲੱਭੀ ਆ, ਹੈ ਨਹੀਂ ਮੇਰੇ ਮੋਬਾਈਲ 'ਚ। ਅਤੇ ਸਹੀ ਗੱਲ ਆ, ਪਰ ਮੈਂ ਹੁਣ ਥੋੜ੍ਹੀ ਜਿਹੀ ਇਹ ਹੈਬਿਟ ਚੇਂਜ ਕਰੂੰਗਾ, ਉਹਨਾਂ ਦੀਆਂ ਫੋਟੋਜ਼ ਵੀ ਮੈਂ ਰੱਖੂੰਗਾ, ਠੀਕ ਆ। ਮਾਂ ਮੈਂ ਉਹਨਾਂ ਨੂੰ ਸਮਝਦਾ, ਹੈਪੀ ਮਦਰਸ ਡੇ ਮੇਰੇ ਇੱਧਰਲੇ ਮੰਮੀ, ਹੈਪੀ ਮਦਰਸ ਡੇ ਮੇਰੇ ਇੱਧਰਲੇ ਮੰਮੀ, ਮੇਰੀਆਂ ਦੋਨੇ ਮਾਵਾਂ ਨੂੰ ਅਤੇ ਮੇਰੀਆਂ ਜਿਹੜੀਆਂ ਮਾਵਾਂ ਦੇਖਦੀਆਂ ਪਈਆਂ ਨੇ ਉਹਨਾਂ ਨੂੰ ਮਦਰਸ ਡੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਆਓ ਇੱਕ ਨਵਾਂ ਟ੍ਰੈਂਡ ਚਲਾਉਂਦੇ ਹਾਂ। ਇਸ ਵਾਰ ਨੂੰਹਾਂ ਨੇ ਆਪਣੀਆਂ ਸੱਸਾਂ ਦੀਆਂ ਫੋਟੋਆਂ ਵੀ ਨਾਲ ਪਾਉਣੀਆਂ ਨੇ, ਉਹ ਤਾਂ ਵੈਸੇ ਪਾਉਂਦੀਆਂ ਹੀ ਨੇ ਹੈ ਨਾ, ਕਿਉਂਕਿ ਸੱਸ ਦੇ ਕੋਲ ਹੀ ਤਾਂ ਰਹਿਣਾ। ਪਰ ਐਤਕੀ ਜਿਹੜੇ ਜਵਾਈ ਨੇ ਜਿਨ੍ਹਾਂ ਦੇ ਵਿਆਹ ਹੋਏ ਹੋਏ ਨੇ, ਕਰਕੇ ਦੇਖਦੇ ਆ, ਉਹ ਆਪਣੀ ਸੱਸ ਦੇ ਨਾਲ ਫੋਟੋ ਵੀ ਜ਼ਰੂਰ ਨਾਲ ਪਾਇਓ ਯਾਰ, ਵਧੀਆ ਲੱਗੂਗਾ ਤੁਹਾਨੂੰ ਵੀ, ਤੁਹਾਡੀ ਵਾਈਫ ਨੂੰ ਵੀ, ਅਤੇ ਸਭ ਤੋਂ ਵੱਧ ਤੁਹਾਡੀ ਸੱਸ ਨੂੰ, ਕਿਉਂਕਿ ਉਹ ਵੀ ਤੁਹਾਡੀ ਮਾਂ ਆ। ਕਹਿਣ ਦੇ ਨਾਲ ਨਹੀਂ ਮਾਂ ਬਣ ਜਾਂਦੀ ਹੁੰਦੀ, ਕਰਕੇ ਦਿਖਾਓ, ਸਮਝੋ ਵੀ, ਇੱਥੋਂ ਸਮਝੋਗੇ। ਇਹ ਪੂਰੀ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਆ, ਇੱਕ ਅਲੱਗ ਕੋਸ਼ਿਸ਼ ਕੀਤੀ ਆ ਮਦਰਸ ਡੇ ਦੇ ਉੱਤੇ। ਜੇ ਤੁਹਾਨੂੰ ਪਸੰਦ ਆਈ ਨਾ ਤਾਂ ਅੱਜ ਦਾ ਦਿਨ ਹੀ ਆ, ਸ਼ੇਅਰ ਜ਼ਰੂਰ ਕਰ ਦਿਓ ਫਟਾਫਟ, ਠੀਕ ਹੈ ਜੀ। ਪੇਜ ਨੂੰ ਲਾਈਕ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਆਪਣੀ ਬਾਕੀ ਫਿਲਮ ਆ ਰਹੀ ਆ ਜਲਦੀ, ਫਿਲਮ ਦਾ ਨਾਮ ਹੈ ਕਾਲਾ ਦਾ ਬਲੈਕ ਟਰੁੱਥ, ਉਹ ਆਉਣੀ ਆ ਮਿਸਟਰ ਮਿਸਿਸ ਦੇਵਗਨ ਚੈਨਲ 'ਤੇ, ਅਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣੀ ਆ, ਇਸੇ ਮਹੀਨੇ ਰਿਲੀਜ਼ ਹੋ ਜਾਣੀ ਆ। ਅਤੇ ਬਾਕੀ ਅਮਰ ਦੇਵਗਨ ਦਾ ਪੇਜ ਹੈ ਜੀ, ਅਤੇ ਮਿੰਦੋ ਟੀ ਵੀ ਦੇ ਨਾਂ ਦੇ ਉੱਤੇ ਅਸੀਂ ਇੱਕ ਨਵਾਂ ਚੈਨਲ, ਯੂਟਿਊਬ ਚੈਨਲ ਲਾਂਚ ਕੀਤਾ ਜੀ, ਉਹਦੇ ਉੱਤੇ ਅਸੀਂ ਵੈਬ ਸੀਰੀਜ਼ ਲਾਂਚ ਕਰਨ ਜਾ ਰਹੇ ਹਾਂ ਜੀ, ਨਣਦ ਭਰਜਾਈ। ਇੱਕ ਸ਼ੁਰੂ ਇੱਕ ਕਹਾਣੀ ਹੈ, ਬਹੁਤ ਲੰਬੀ ਕਹਾਣੀ ਹੈ, ਉਹਦੇ ਪਾਰਟਸ ਬਣਨਗੇ ਕਿਉਂਕਿ ਉਹ ਇਕੱਠੀ ਨਹੀਂ ਬਣਾ ਸਕਦੇ। ਜੇ ਆਪਾਂ ਇਕੱਠੀ ਬਣਾਈਏ ਮੇਰੇ ਖਿਆਲ ਨਾਲ 13 ਤੋਂ 14 ਘੰਟੇ ਦੀ ਫਿਲਮ ਬਣ ਜਾਣੀ ਆ, ਇਸ ਕਰਕੇ ਅਸੀਂ ਸੋਚਿਆ ਵੀ ਉਹ ਸਾਰੇ ਪਹਿਲੂ ਜਿਹੜੇ ਨੇ ਨਾ, ਉਹ ਆਪਾਂ ਸ਼ੋਰਟ ਕੱਟ 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 ਅੱਧੇ ਅੱਧੇ ਘੰਟੇ ਦੇ ਐਪੀਸੋਡ ਦੇ ਵਿੱਚ ਦਿਖਾਵਾਂਗੇ, ਅਤੇ ਤੁਸੀਂ ਉਸ ਚੈਨਲ ਨੂੰ ਵੀ ਬਹੁਤ ਪਿਆਰ ਦੇਣਾ ਜੀ। ਜਿਉਂਦੇ ਰਹੋ, ਵੱਸਦੇ ਰਹੋ, ਰੱਬ ਤਰੱਕੀਆਂ ਦੇਵੇ। ਹੈਪੀ ਮਦਰਸ ਡੇ, ਅਤੇ ਸੱਸਾਂ ਦੇ ਨਾਲ ਫੋਟੋ ਜ਼ਰੂਰ ਪਾਇਓ। ਕੁਛ ਕਹਿਣਾ ਤਾਂ, ਹੈਪੀ ਮਦਰਸ ਡੇ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ।